ਸਵੰਤ ਸਿੰਘ ਕਵਲਜੀ ਦੁਆਰਾ ਲਿਖਿਆ ਨਾਵਲ ਪੁਰਨਮਾਸ਼ੀ ਭਾਗ 13 ਦੋ ਸਿਰ ਜੁੜਦਿਆਂ ਨੂੰ ਚੰਦਰਾਮਰ ਦਾ ਪਾਨੀ ਅੱਜ ਜਿਉਣਾ ਪ੍ਰਸੰਨ ਸੀ ਕਿ ਉਸ ਨੂੰ ਬਚਨੋਂ ਨੇ ਆਪ ਘਰ ਆ ਕੇ ਬੁਲਾਇਆ ਸੀ ਭਾਵੇਂ ਉਸ ਦਾ ਮਨ ਕਿੰਨਾ ਹੀ ਨੀਵਾ ਹੋ ਕੇ ਬਚਨੋਂ ਨੂੰ ਬੁਲਾਉਣ ਲਈ ਤਿਆਰ ਸੀ ਪਰ ਉਹ ਜਿਆ ਨਹੀਂ ਸੀ ਕਰ ਸਕਿਆ ਕਈ ਵਾਰ ਮਨੁੱਖ ਫੋਕੀ ਅਣਕ ਦੇ ਅਧੀਨ ਆਪੇ ਚ ਸੜਿਆ ਮਿੱਤਰ ਜਾਂ ਸਾਥੀ ਨਾਲ ਸੰਬੰਧ ਜੋੜਨ ਦਾ ਹਿਆ ਨਹੀਂ ਕਰਦਾ ਇਹ ਖੁਸ਼ੀ ਦੇ ਲਹਿਰਾਂ ਦੇ ਟਕਰਾਅ ਨਾਲ ਪੈਦਾ ਹੋਈ ਝੱਗ ਵਰਗੀ ਸੀ ਜਿਹੜੀ ਲਹਿਰਾਂ ਦੀ ਸਮਾਪਤੀ ਤੋਂ ਪਹਿਲਾਂ ਹੀ ਖਤਮ ਹੋ ਜਾਂਦੀ ਹੈ। ਵਾਸਤਵ ਵਿੱਚ ਦੋ ਖੁਦਗਰਜ਼ੀਆਂ ਨੇੜੇ ਹੋਣ ਲਈ ਮਜਬੂਰ ਹੋ ਗਈਆਂ ਸਨ। ਬਚਨ ਨੂੰ ਪਤਾ ਲੱਗ ਗਿਆ ਸੀ ਕਿ ਰੂਪ ਅਤੇ ਉਸ ਦੇ ਕਈ ਸਾਥੀ ਕੱਲ ਤਖਾਣਵਦ ਪਿੰਡ ਸ਼ਰਾਬ ਪੀ ਕੇ ਲੜ ਪਏ। ਬਿੰਡ ਵਾਲੇ ਉਹਨਾਂ ਨੂੰ ਡਾਕੂ ਸਮਝ ਕੇ ਘੋੜੀਆਂ ਭਜਾ ਕੇ ਪੁਲਿਸ ਲੈ ਆਏ ਅਤੇ ਰੂਪ ਨੇ ਉਹਨਾਂ ਦੇ ਚਾਰ ਸਾਥੀਆਂ ਨੂੰ ਥਾਣੇਦਾਰ ਨੇ ਹਤਕੜੀਆਂ ਲਾ ਕੇ ਹਵਾਲਾਤ ਵਿੱਚ ਬੰਦ ਕਰ ਦਿੱਤਾ। ਬਚਨੋ ਨੂੰ ਰੂਪ ਨਾਲ ਪਿਆਰ ਜ਼ਰੂਰ ਸੀ ਪਰ ਉਸ ਦੇ ਸੁਲ ਚੁੱਭੀ ਵੀ ਨਹੀਂ ਸਹਾਰ ਸਕਦੀ ਸੀ। ਪਰ ਆਪਣੀ ਖੁਦਗਰਜ਼ੀ ਤੋਂ ਰੂਪ ਦੇ ਹਰ ਚੰਗੇ ਕੰਮ ਨੂੰ ਵੀ ਕੁਰਬਾਨ ਕਰ ਸਕਦੀ ਸੀ। ਰੂਪ ਦਾ ਹਵਾਲਾਤ ਵਿੱਚ ਬੰਦ ਹੋਣਾ ਸੁਣ ਕੇ ਉਸ ਨੂੰ ਅਫਸੋਸ ਦੀ ਥਾਂ ਖੁਸ਼ੀ ਹੋਈ ਕਿਉਂਕਿ ਪਰਸੋਂ ਤੋਂ ਰੂਪ ਦੇ ਸਾਹਕ ਨੂੰ ਕਿਸੇ ਤਰ੍ਹਾਂ ਟਾਲ ਦੇਣ ਲਈ ਕਾਮਯਾਬ ਨਹੀਂ ਸੀ ਹੋ ਸਕੀ। ਉਸ ਮਨ ਵਿੱਚੇ ਪੱਕਾ ਫੈਸਲਾ ਕੀਤਾ ਹੋਇਆ ਸੀ ਕਿ ਇਸ ਸਾਖ ਨੂੰ ਜ਼ਰੂਰ ਤਰੋੜ ਮਰੋੜ ਸੁੱਟਣਾ ਹੈ। ਜ਼ਗੀਰ ਦੇ ਘਰ ਵਾਲੀ ਨੰਦੋਂ ਤੋਂ ਉਹਨੇ ਖੁਰਚ ਕੇ ਇਹ ਗੱਲ ਵੀ ਕੱਢ ਲਈ ਸੀ ਕਿ ਰੂਪ ਦਾ ਕਪੂਰੀ ਇੱਕ ਕੁੜੀ ਨਾਲ ਪਿਆਰ ਹੈ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਹ ਕੁੜੀ ਕਿਹੜੀ ਹੈ। ਉਸ ਦੀ ਸ਼ੱਕ ਸੰਤੀ ਦੀ ਭਤੀਜੀ ਉੱਤੇ ਸੀ। ਰੂਪ ਦੇ ਹਵਾਲਾਤ ਵਿੱਚ ਆਉਣ ਤੋਂ ਉਸਨੇ ਸੋਝੀ ਦਿੱਤੀ ਉਨੇ ਸੋਚਿਆ ਜਿਉਣੇ ਦੀ ਸਹਾਇਤਾ ਬਿਨਾ ਉਹ ਕਾਰਜ ਚ ਸਫਲ ਨਹੀਂ ਹੋ ਸਕੇਗੀ ਕਿਉਂਕਿ ਰੂਪ ਦੇ ਖਿਲਾਫ ਉਸ ਤੋਂ ਬਿਨਾ ਕੁਝ ਵੀ ਨਹੀਂ ਆਖਣਾ ਆਪਣੇ ਸ਼ਰੀਕੇ ਕਬੀਲੇ ਵਿੱਚ ਬਿਨਾ ਕਿਸੇ ਕਾਰਨ ਕੋਈ ਕਦੇ ਦੁਸ਼ਮਣੀ ਮੁੱਲ ਲੈਂਦਾ ਹੈ ਬਚਨੋ ਨੇ ਜਿਉਣੇ ਨੂੰ ਜਾ ਕੇ ਵੰਗਾਰਿਆ ਤੇਰਾ ਅੱਜ ਮੋਕਾ ਹੈ ਤੂੰ ਪੂਰੀ ਜਾ ਕੇ ਕਰਤਾਰੇ ਨੂੰ ਯੂੰ ਆਖ ਕੀ ਰੂਪ ਦੀ ਪਿੰਡ ਚ ਬਹੁਤ ਹੀ ਦੁਸ਼ਮਣੀ ਐ ਉਸ ਨੂੰ ਕੱਲ ਤਖਾਨਵਦ ਮਾਰ ਦੇਣਾ ਸੀ ਪਤਾ ਨਹੀਂ ਕਿਵੇਂ ਬਚ ਗਿਆ ਤੂੰ ਆਪਣੀ ਭੈਣ ਦਾ ਸਾਖ ਕਰਕੇ ਉਸ ਨੂੰ ਜਿਉਂਦੀ ਨੂੰ ਰੰਡੀ ਨਾ ਕਰ ਤੁਹਾਡੇ ਪਿੰਡ ਰੂਪ ਚੰਗੀ ਨੀਅਤ ਨਾਲ ਨਹੀਂ ਆਉਂਦਾ ਜਿਉਣਾ ਤਾਂ ਨਿਹਰਾ ਬੁੱਧੂ ਨਹੀਂ ਸੀ ਉਸ ਸਾਰੇ ਮਾਮਲੇ ਨੂੰ ਭਾਪਦਿਆਂ ਕਿਹਾ ਮੈਨੂੰ ਸਰਦਾਰ ਨੇ ਕੀ ਲੋੜ ਐ ਐਵੇਂ ਭਾਨੀ ਮਾਰਦਾ ਫਿਰਾਂ ਉਹਨੇ ਤੇਰੀ ਜ਼ਮੀਨ ਖੋਈ ਐ ਮੈਂ ਤਾਂ ਤੇਰਾ ਬਦਲਾ ਲੈਣ ਲਈ ਕਿਹਾ ਬਚਨੋਂ ਅੰਦਰੋਂ ਛਿੱਤੀ ਪੈ ਗਈ ਮੈਂ ਕੋਈ ਬਦਲਾ ਨਹੀਂ ਲੈਣਾ ਤੇਰੀ ਖਾਤਰ ਜਾਣ ਨੂੰ ਤਿਆਰ ਹਾਂ ਪਰ ਪਰ ਕੀ ਸਮਝ ਲੈ ਜਿਉਣੇ ਦੀਆਂ ਹਸਦੀਆਂ ਅੱਖਾਂ ਤੇ ਮੁਸਕੁਰਾਂਦੇ ਬੁੱਲਾ ਨੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਨਵੀਆਂ ਕਰ ਦਿੱਤਾ ਉਸ ਦਾ ਮੰਤਵ ਸਪਸ਼ਟ ਸੀ ਜਿਸ ਨੂੰ ਬਚਨੋ ਵਰਗੀ ਖਚਰੀ ਤੀਵੀ ਅੱਖ ਦੇ ਚਮੱਕੇ ਚ ਹੀ ਤਾੜ ਗਈ ਘਰੋਂ ਤੁਰਨ ਤੋਂ ਪਹਿਲਾਂ ਹੀ ਉਸਨੇ ਜਿਉਣੇ ਦੇ ਅੰਦਰਲੇ ਭਾਵਾਂ ਤੇ ਅਨੁਭਵ ਨੂੰ ਸਮਝ ਲਿਆ ਉਸਨੇ ਸਾਰੀਆਂ ਸਮਝ ਅਸਮਝ ਦੀਆਂ ਗੱਲਾਂ ਤੇ ਭਾਰੂ ਹੁੰਦਿਆਂ ਮਨ ਬਣਾ ਲਿਆ ਸੀ ਕਿ ਮਤਲਬ ਕੱਢ ਲੈਣਾ ਹੈ ਫਿਰ ਕੁਝ ਦੱਸਿਆ ਨਾ ਜੀਵਣੇ ਨੇ ਆਪਣੇ ਅੰਦਰ ਦੋਰੀ ਖੁਸ਼ੀ ਨੂੰ ਦਬਾਉਂਦਿਆਂ ਪੁੱਛਿਆ ਜਾਂ ਕੂੜੀ ਨਾ ਹੋਵੇ ਬਚਨوں ਦੇ ਬੋਲਾ ਉੱਤੇ ਖੜਾ ਸੀ ਤੇ ਜਿਸ ਜਿਉਣੇ ਦਾ ਮਾਤ ਪਿਆ ਲਹੂ ਮਚਲਾ ਦਿੱਤਾ ਜਿਉਣੇ ਨੇ ਇਸ ਤੋਂ ਬਹੁਤ ਖੁਸ਼ੀ ਕੀ ਹੋ ਸਕਦੀ ਸੀ ਇੱਕ ਤੀਰ ਨਾਲ ਦੋ ਸ਼ਿਕਾਰ ਰੂਪ ਤੇ ਵਾਰ ਤੇ ਬਚਨوں ਦਾ ਪਿਆਰ ਉਹ ਕਪੂਰਿਆਂ ਨੂੰ ਉੱਡ ਤੁਰਿਆ ਤੇ ਰੂਪ ਨੂੰ ਹਵਾ ਲਾਂਚ ਵਿੱਚ ਬੰਦ ਸੁਣ ਕੇ ਖੁਸ਼ੀ ਵਿੱਚ ਉਸ ਦਾ ਜੁੱਸਾ ਫੁੱਲਦਾ ਜਾ ਰਿਹਾ ਸੀ ਉਹ ਆਪਣੇ ਅੰਦਰ ਗੱਲਾਂ ਤਿੱਖੀਆਂ ਕਰ ਰਿਹਾ ਸੀ ਜਿਨ੍ਹਾਂ ਨਾਲ ਉਹ ਸਮਝਦਾ ਸੀ ਕਿ ਕਰਤਾਰੇ ਦੇ ਦਿਲ ਵਿੱਚ ਬਣ ਚੁੱਕੇ ਫੈਸਲੇ ਨੂੰ ਕੱਟ ਦੇਵੇਗਾ ਮਨੋਪਾਵਾਂ ਵਿੱਚ ਉਲਝਿਆ ਜਿਉਣਾ ਬੈਰ ਹੁੰਦੀ ਨੂੰ ਕਪੂਰੀ ਚਲਾ ਗਿਆ ਪਰੇ ਵਿੱਚ ਆ ਕੇ ਉਹਨੇ ਫਤੇ ਬੁਲਾਈ ਤੇ ਇੱਕ ਭਲੇ ਮਾਨਸ ਤੋਂ ਕਰਤਾਰੇ ਦਾ ਘਰ ਪੁੱਛਿਆ ਤਾਂ ਉਸਨੇ ਉੱਤਰ ਦਿੱਤਾ ਸਿੱਧੇ ਤੁਰੇ ਜਾਓ ਧਰਮਸ਼ਾਲਾ ਦੇ ਨਾਲ ਹੀ ਧਰਮਸ਼ਾਲਾ ਕੋਲ ਆ ਕੇ ਜਿਉਣਾ ਚਿੱਝ ਗਿਆ ਕਿਉਂਕਿ ਉਹ ਸੰਤੀ ਦੇ ਘਰ ਪਹਿਲਾਂ ਕਈ ਵਾਰ ਆ ਚੁੱਕਾ ਸੀ ਪਰ ਹੁਣ ਵਿਗੜ ਜਾਣ ਕਰਕੇ ਥੋੜਾ ਡਰਦਾ ਵੀ ਸੀ ਕੁਦਰਤੀ ਸੰਤੀ ਦੇ ਘਰ ਦੇ ਕਿਸੇ ਜੀ ਨੇ ਉਹਨੂੰ ਨਾ ਦੇਖਿਆ ਤੇ ਕਰੜੀ ਧੁੱਪ ਵਿੱਚ ਕਦੋਂ ਕੋਈ ਬਾਹਰ ਨਿਕਲਦਾ ਧਰਮਸ਼ਾਲਾ ਦੇ ਪੀਪਲ ਦੀ ਗੂੜੀ ਛਾਵੇਂ ਕੁਝ ਗੱਬਰੂ ਤਾਂਸ਼ ਖੇਡ ਰਹੇ ਸਨ ਜਿਉਣੇ ਨੇ ਉਹਨਾਂ ਤੋਂ ਕਰਤਾਰੇ ਦਾ ਘਰ ਪੁੱਛਿਆ ਕਰਤਾਰਾ ਉਹਨਾਂ ਮੁੰਡਿਆਂ 'ਚ ਆਪ ਤਾਂਸ਼ ਖੇਡ ਰਿਹਾ ਸੀ ਤਾਂ ਉੱਠਨੇ ਉੱਠਦੇ ਆਖਿਆ ਮੈਂ ਹੀ ਕਰਤਾਰਾ ਆ ਸਤਿ ਸ਼੍ਰੀ ਅਕਾਲ ਬੁਲਾਈ ਕਰਤਾਰਾ ਸੋਚ ਰਿਹਾ ਸੀ ਕਿ ਇਹ ਕੌਣ ਹੋਇਆ ਭਲਾ ਫਿਰ ਉਹਨੇ ਪਿੰਡ ਪੁੱਛਿਆ ਬਾਈ ਆਪਣਾ ਘਰ ਕਿੱਥੇ ਹੈ ਨਵੇਂ ਪਿੰਡ ਨਵੇਂ ਪਿੰਡ ਦਾ ਨਾਂ ਲੈਂਦਿਆਂ ਹੀ ਕਰਤਾਰੇ ਦੇ ਮੂੰਹ ਤੇ ਖੁਸ਼ੀ ਫਿਰ ਗਈ ਨਾ ਬਾਈ ਦਾ ਜਿਉਣ ਸਿਉਂ ਕਰਤਾਰੇ ਨੇ ਦਲਾਂਚ ਮੰਝਾ ਡੋਂਦਿਆਂ ਹੈਰਾਨੀ ਅਨੁਭਵ ਕੀਤੀ ਕਿ ਕੋਈ ਗੱਲ ਨਾ ਹੋਵੇ ਜਿਹੜਾ ਇਹ ਆਇਆ ਅੰਦਰ ਲੱਸੀ ਜਾਣ ਜਾਂਦੇ ਕਰਤਾਰੇ ਦੀ ਨਿਗਾਹ ਕੰਧ ਨਾਲ ਖਲੋਤੀ ਪੰਜਾਲੀ ਤੇ ਜਾਪ ਪਈ ਉਸ ਨਾਲ ਬੰਨੇ ਹੋਏ ਚਮਦੇ 나ੜੇ ਨੂੰ ਕੁੱਤਾ ਟੁੱੱਕ ਕੇ ਦੋ ਕਰ ਗਿਆ ਸੀ 나ੜੇ ਨੂੰ ਚੁੱਕਦਿਆਂ ਕਰਤਾਰੇ ਨੇ ਕੁੱਤੇ ਨੂੰ ਗਾਲ ਗੱਡੀ ਤੇ ਦੋਹਾਂ ਟੋਟਿਆਂ ਨੂੰ ਚੁੱਕ ਕੇ ਕਿੱਲੇ ਨਾਲ ਟੰਗ ਦਿੱਤਾ ਤੇ ਅੰਦਰ ਗਏ ਤੋਂ ਭਜਨੋ ਨੇ ਪੁੱਛਿਆ ਇਹ ਕਿੱਥੋਂ ਹੈ ਨਵੇਂ ਪਿੰਡ ਨਵੀਂ ਪਿੰਡੋਂ ਕੋਈ ਗੱਲ ਐ ਹਾਲੇ ਤਾਈਂ ਤਾਂ ਕੁਝ ਦੱਸਿਆ ਨਹੀਂ ਕਰਤਾਰਾ ਲੱਸੀ ਲੈ ਕੇ ਚਲਾ ਗਿਆ ਪਜਨੋ ਦੀ ਉਸ ਨਾਲ ਕੀਤੀ ਗੱਲ ਬਾਤ ਚੰਨੋ ਨੇ ਸਵਾਦ ਚ ਤਸੱਲੀਆਂ ਕੱਢਦੀ ਨੇ ਚੁਕੰਨੀ ਹੁੰਦਿਆਂ ਸੁਣ ਲਈ ਸੀ ਪਰੋਣੇ ਦਾ ਨਵੇਂ ਪਿੰਡੋਂ ਆਉਣਾ ਸੁਣ ਕੇ ਉਸਨੇ ਉਹ ਖੁਸ਼ੀ ਵਿੱਚ ਮੁਸਕਰਾ ਕੇ ਧੜਕ ਗਈ ਫਿਰ ਇੱਕ ਪ੍ਰਕਾਰ ਦੀ ਸੋਚ ਨੇ ਉਸ ਨੂੰ ਉਦਾਸ ਤੋਂ ਣਟਾਲ ਕਰ ਦਿੱਤਾ ਕਿ ਕੱਚੇ ਨਾਤੇ ਕਿਸੇ ਦਾ ਇਸ ਘਰ 'ਚ ਆਉਣਾ ਚੰਗਾ ਸ਼ਗਨ ਨਹੀਂ ਉਹ ਆਪਣੇ ਅੰਦਰਲੇ ਡਰ ਤੇ ਖਤਰੇ ਨੂੰ ਚੰਗੀਆਂ ਆਸਾਂ ਤੇ ਸੋਚਾਂ 'ਚ ਬਦਲ ਕੇ ਚਿੱਤ ਪਰਚਾਨ ਲੱਗੀ ਉਸਦੀ ਭਾਬੀ ਕੰਧ ਲਾਗੇ ਹੋ ਕੇ ਜਿਉਣੇ ਤੇ ਕਰਤਾਰੇ ਦੀਆਂ ਗੱਲਾਂ ਸੁਣਨ ਲੱਗੀ ਥੋੜੇ ਚਿਰ ਪਿਛੋਂ ਹੀ ਉਦਾਸੀ ਤੇ ਤਿਉੜੀ ਪਏ ਮੱਥੇ ਨਾਲ ਚੰਨੋ ਕੋਲ ਆ ਗਈ ਤੇ ਚੰਨੋ ਨੇ ਭਜਨੋ ਦੇ ਚਿਹਰੇ ਤੋਂ ਸਪਸ਼ਟ ਨਿਰਾਸ਼ਤਾ ਨੂੰ ਤੱਕਿਆ ਕੀ ਆਖਦਾ ਚੰਨੋ ਨੇ ਆਪਣੇ ਕੁਵਾਰੇ ਪਣ ਦੀ ਸੰਗ ਨੂੰ ਲਾਂਬੇ ਕਰਦਿਆਂ ਪੁੱਛਿਆ ਉਸ ਨੂੰ ਇਹ ਵੀ ਨਹੀਂ ਸੀ ਪਤਾ ਕਿ ਭਜਨੋਂ ਤੋਂ ਮੇਰੀ ਮੁਹੱਬਤ ਗੁੱਝੀ ਨਹੀਂ ਰਹੀ ਕੀ ਦੱਸਾਂ ਚੰਨੋ ਮੇਰਾ ਢਿੱਡ ਕੰਬਣ ਲੱਗ ਪਿਆ ਫੇਰ ਵੀ ਚੰਨੋ ਨੇ ਆਪਣੇ ਦਿਲ ਦੀ ਕਾਲੀ ਹੋਈ ਪੈਂਦੀ ਧੜਕਣ ਇੱਕ ਪਲ ਲਈ ਰੋਕ ਲਈ ਆਖਦਾ ਕਿ ਕੱਲ ਰੂਪ ਨੂੰ ਤਖਾਂਡਵਦ ਮਾਰ ਦੇਣਾ ਸੀ ਉਸ ਦੀ ਤਾਂ ਸਿਰ ਲੱਤ ਦੁਸ਼ਮਣੀ ਹੈ ਵੈਰੀ ਉਹਦੇ ਲਹੂ ਦੇ ਥਿਆਏ ਫਿਰਦੇ ਨੇ ਰਾਤ ਤਾਂ ਥਾਣੇ 'ਚ ਬੰਦ ਹੈ ਤੁਸੀਂ ਸਾਫ਼ ਕਰਨ ਲੱਗਿਓ ਉਹ ਪਤਾ ਨਹੀਂ ਆਥਣ ਕੀ ਸਵੇਰ ਚੰਨੋ ਦੀਆਂ ਅੱਖਾਂ ਭਜਨੋ ਦੀਆਂ ਗੱਲਾਂ ਸੁਣ ਕੇ ਚੋੜੀਆਂ ਹੁੰਦੀਆਂ ਗਈਆਂ ਤੇ ਉਸ ਨੂੰ ਆਪਣਾ ਵੇੜਾ ਤੇ ਘਰ ਪਹੁੰਚਦੇ ਹੋਏ ਦਿਸ ਰਹੇ ਸਨ ਉਸ ਨੂੰ ਪਤਾ ਤੱਕ ਨਾ ਲੱਗਾ ਕਿ ਕਦੋਂ ਸੋਈ ਉਸਦੇ ਪੱਟ ਵਿੱਚ ਖੁੱਬ ਗਈ ਮਜੀਠੀ ਰੰਗ ਦਾ ਤਹਿਸੀਲੀਆ ਉਸ ਨੂੰ ਗੋਡਿਆਂ ਤੇ ਪਿਆ ਕਾਲਾ ਹੁੰਦਾ ਜਾਪਿਆ ਮਨੁੱਖ ਦੇ ਮਨੋ ਭਾਵਾਂ ਦਾ ਚਿਤਵਿਆ ਜੀਵਨ ਜੇ ਸੰਸਾਰ ਤੇ ਮਿਲ ਜਾਵੇ ਕਿਸੇ ਖੁਦਾਈ ਸਵਰਗ ਦੀ ਲੋੜ ਨਿਰਮੂਲ ਹੋ ਜਾਂਦੀ ਹੈ ਦਿਮਾਗ ਤੇ ਪੈਰਾਂ ਚ ਸਦੀਆਂ ਦੀ ਦੂਰੀ ਦਾ ਪੰਧ ਹੈ ਦਿਮਾਗ ਆਦਰਸ਼ ਕਲਪਨਾ ਨਾਲ ਜੀਵਨ ਦੇ ਸੰਸਾਰ ਦਾ ਮੁੱਢ ਬੰਧ ਹੈ ਪਰ ਪੈਰ ਵਫਾਦਾਰ ਸਾਥੀ ਦੀ ਹیثیت ਵਿੱਚ ਅਮਲੀ ਤੌਰ ਤੇ ਜੀਵਨ ਦੀ ਮੰਜ਼ਲ ਵੱਲ ਵੱਧਦੇ ਹਨ ਚੰਨੋ ਜਜ਼ਬਿਆਂ ਦੀ ਮੁਟਿਆਰ ਰੋਂ ਵਿੱਚ ਆਪਣੀ ਪਿਆਰ ਕਲਪਨਾ ਅਤੇ ਅਮਲ ਨੂੰ ਇੱਕ ਕਰ ਦੇਣਾ ਚਾਹੁੰਦੀ ਸੀ ਪਰ ਅਮਲ ਕਲਪਨਾ ਵਾਂਗ ਤੇਜ ਉੱਡਦਾ ਨਹੀਂ ਸਗੋ ਧਰਤੀ ਤੇ ਕਸੜ ਕੇ ਤੁਰਦਾ ਹੈ ਜ਼ਿੰਦਗੀ ਦੇ ਸਾਜ਼ ਨੂੰ ਇੱਕ ਸੁਰ ਹੁੰਦਿਆਂ ਇੰਨਾ ਜ਼ਬਰਦਸਤ ਧੱਕਾ ਵੱਜਾ ਕਿ ਕਲਪਨਾ ਦੀਆਂ ਕਈ ਤਾਰਾਂ ਚਣਚਣ ਕਰਕੇ ਟੁੱਟ ਗਈਆਂ ਅਤੇ ਅਮਲਾਂ ਦੇ ਪੈਰ ਥਿੜਕ ਕੇ ਥਾਂ ਜੁੜ ਗਏ ਚੰਨੋ ਦਾ ਸਿਰ ਕੰਦ ਨਾਲ ਲੱਗਿਆ ਹੋਇਆ ਸੀ ਉਹ ਕਿੰਨਾ ਹੀ ਕੁਝ ਸੋਚੀ ਗਈ ਉਹਨੇ ਸਾਵਧਾਨ ਹੋ ਕੇ ਆਪਣੀ ਭਾਬੀ ਨੂੰ ਆਖਿਆ ਭਾਬੀ ਤੇਰੇ ਕੋਲੋਂ ਕੋਈ ਲਕਾ ਨਹੀਂ ਉਹ ਤੈਨੂੰ ਸਾਰੀ ਗੱਲ ਦਾ ਪਤਾ ਵੀ ਹੈ ਬਈ ਸਾਖ ਕਰਨਾ ਉੱਥੇ ਮਨ ਆਇਆ ਤੇ ਇੱਥੇ ਭੂਆ ਵੀ ਹਾਮੀ ਭਰੀ ਹੋਈ ਹੈ ਇਸ ਬੰਦੇ ਦੀ ਜਰੂਰ ਉਸ ਨਾਲ ਕੋਈ ਗੱਲ ਲੱਗਦੀ ਹੋਵੇਗੀ ਐਵੇਂ ਕਿਸੇ ਨੂੰ ਕੀ ਪਈਏ ਪੰਜਾ ਕੋਹਾਂ ਤੋਂ ਆ ਕੇ ਪਾਨੀ ਮਾਰੇ ਚੰਨੋ ਨੇ ਆਪਣੀ ਭਾਬੀ ਦੇ ਗਲ ਬਾਹਾਂ ਪਾ ਕੇ ਇਸ ਤਰ੍ਹਾਂ ਦੇ ਤਰਲੇ ਨਾਲ ਕਿਹਾ ਜਿਵੇਂ ਅੱਖਾਂ ਚ ਆਏ ਹੰਝੂਆਂ ਦੀਆਂ ਕੁੱਟਾਂ ਪਰ ਪਰ ਕੇ ਉਹ ਅੰਦਰ ਲੰਗਾਂਦੀ ਰਹੀ ਸੀ ਬੀਬੀ ਤੂਰਾ ਫਿਕਰ ਨਾ ਕਰ ਤੇਰਾ ਬਾਈ ਇਕ ਰਾਤ ਰਹਿ ਕੇ ਸਭ ਕੁਝ ਦੇਖ ਆਇਆ ਭਾਜਨੋ ਨੇ ਤਸੱਲੀ ਦੰਦਿਆਂ ਕਿਹਾ ਨਹੀਂ ਭਾਬੀ ਜਿਹੜਾ ਉਂਦਮੂਨ ਉਠਿਆ ਗੱਲ ਸਿਰੇ ਨਹੀਂ ਚੜੰਨ ਦੇਣੀ ਜੋ ਵੀ ਚੰਨੀ ਤੂੰ ਅੱਖੇਂਗੀ ਮੈਂ ਉਹੀ ਕਰਾ ਦਿਆਂਗੀ ਪਰ ਤੂੰ ਚਿੱਤ ਤੇ ਕੁਛ ਨਾ ਲਿਆ ਚੰਨੋ ਜਿਹੜੀ ਗੱਲ ਅੰਦਰ ਦੱਬੀ ਬੈਠੀ ਸੀ ਉਹ ਉਸ ਤੋਂ ਮੱਲੋ ਮੱਲੀ ਜ਼ਾਹਰ ਹੋ ਗਈ ਤੂੰ ਭਾਈ ਨੂੰ ਸਾਖ ਕਹਿ ਦੇ ਕਿ ਜਿੱਥੇ ਇੱਕ ਵਾਰੀ ਹਾਮੀ ਭਰੀ ਐ ਉੱਥੇ ਹੀ ਮੇਰਾ ਸਾਖ ਕਰਦੇਓ ਨਹੀਂ ਮੈਂ ਕਿਤੇ ਹੋਰ ਨਹੀਂ ਕਰੋਣਾ ਤੁਬੀ ਵੀ ਕਿਹੋ ਜੀਆਂ ਗੱਲਾਂ ਕਰਦੀ ਹੈ ਚੰਨੋ ਨੇ ਕਪੜਾ ਇਕੱਠਾ ਕਰਕੇ ਟੋਕਰੀ 'ਚ ਰੱਖਿਆ ਤੇ ਸੂਈ ਪੱਟੀ ਦੀ ਰੀਲ ਵਿੱਚ ਟੰਗ ਦਿੱਤੀ ਉਹ ਆਪ ਉੱਥੋਂ ਉੱਠ ਕੇ ਅੰਦਰ ਚਲੀ ਗਈ ਤੇ ਇਕਲ ਉਹਨਾਂ ਕੁੜੀਆਂ ਦੇ ਗਮ ਦੀ ਕਿੰਨੀ ਹਮਦਰਦ ਹੈ ਜਿਹੜੀਆਂ ਕਿਸੇ ਦੇ ਸਾਹਮਣੇ ਰੋ ਨਹੀਂ ਸਕਦੀਆਂ ਅੰਦਰਲਾ ਦੁੱਖ ਕਹਿ ਨਹੀਂ ਸਕਦੀਆਂ ਪਰ वेदना ਦੇ ਆਸਾਮ ਉਛਾਲ ਨੂੰ ਰੋਕ ਵੀ ਨਹੀਂ ਸਕਦੀਆਂ ਇਕੱਲ ਆਪਣੀ ਬੁੱਕਲ ਚ ਲੈ ਕੇ ਉਸ ਨੂੰ ਬਰਾਂਦੀ ਤੇ ਟੰਡਸ ਦਿੰਦੀ ਹੈ ਕਈ ਵਾਰ ਹਾਰੀਆਂ ਰੂਹਾਂ ਜਦੋਂ ਜਿਹਦ ਕਰਨ ਲਈ ਉਮਾ ਵੀ ਬਖਸ਼ਦੀ ਹੈ ਚੰਨੋ ਆਪਣੀ ਭਾਬੀ ਦੇ ਸੰਦੂਖ ਨਾਲ ਡਾਹੇ ਪਲੰਗ ਉੱਤੇ ਪੈ ਗਈ ਜਿਸ ਦੇ ਇੱਕ ਪਾਸੇ ਸਿਆਲੂ ਰਜਾਈਆਂ ਤੈ ਮਾਰ ਕੇ ਰੱਖੀਆਂ ਹੋਈਆਂ ਸਨ ਪਈ ਨਹੀਂ ਸਗੋ ਗੁੱਛਾ ਮੁੱਚਾ ਹੋ ਕੇ ਡਿੱਗ ਪਈ ਜਿਵੇਂ ਪਿਆਰ ਦੇ ਬਿਮਾਰ ਪੈਂਦੇ ਹਨ ਮੰਜੇ ਤੇ ਡਿੱਗਦਿਆਂ ਹੀ ਉਸਦਾ ਇੱਕ ਪੈਰ ਰੱਖੀ ਹੋਈ ਕੋਰੀ ਕਾੜਨੀ ਨੂੰ ਵੱਜਾ ਜਿਸ ਨੂੰ ਦੁੱਧ ਪਾ ਕੇ ਹਾਰੇ ਚ ਚਾੜਨ ਤੋਂ ਅੱਗੋਂ ਹੀ ਤਰੇੜ ਆ ਗਈ ਸੀ ਇਕੱਲੇ ਨੇਰੇ ਚ ਚੰਨੋ ਦਾ ਆਪਣਾਪ ਬੁਰੀ ਤਰ੍ਹਾਂ ਫਿਸਿਆ ਇੱਥੋਂ ਤੱਕ ਕਿ ਉਸ ਨੂੰ ਹੁਬਕੀਆਂ ਦੀਆਂ ਲਹਿਰਾਂ ਤੇ ਸੋਚਾਂ ਦੇ ਪਰਛਾਵਿਆਂ 'ਚ ਆਪਣਾਪ ਵੀ ਨਹੀਂ ਸੀ ਦਿਸ ਰਿਹਾ ਉਸ ਦੇ ਅੰਦਰ ਕਲਪੀਆਂ ਤਸਵੀਰਾਂ ਦੇ ਨਕਸ਼ ਉੱਭਰਦੇ ਸਨ ਜਿਨ੍ਹਾਂ ਉੱਤੇ ਹੰਝੂਆਂ ਦੇ ਟਿੱਪੇ ਦਾਗ ਪਾਉਂਦੇ ਮੁੜਕੇ ਸਾਰੀ ਤਸਵੀਰ ਦਾ ਸਤਿਆਨਾਸ ਪੁੱਟ ਦਿੰਦੇ ਚੰਨੋ ਦੀ ਭਾਬੀ ਨੇ ਅੰਦਰ ਆ ਕੇ ਮਾਇੂਸ ਹੋਣ ਦਾ ਕਾਰਨ ਪੁੱਛਿਆ ਉਹ ਆਪਣੇ ਦੁੱਖ ਦਰਦ ਵਿੱਚ ਡੁੱਬੀ ਹੋਈ ਸੋਚ ਰਹੀ ਸੀ ਕਿ ਮਾਪੇ ਮੈਨੂੰ ਦੁੱਖ ਪੁੱਛਦੇ ਮੇਰੇ ਪਾਣੀ ਮੇਰੇ ਹੱਡਾਂ ਦਾ ਸੁੱਕਦਾ ਉਸ ਨੂੰ ਕਿਸੇ ਤਰ੍ਹਾਂ ਵੀ ਸੱਚ ਨਹੀਂ ਆਉਂਦਾ ਸੀ ਕਿ ਰੂਪ ਹਵਾਲਾਤ ਵਿੱਚ ਬੰਦ ਹੈ ਇਸ ਗੱਲ ਉੱਤੇ ਉਹ ਓਕਾ ਹੀ ਨਹੀਂ ਯਕੀਨ ਕਰਦੀ ਸੀ ਕਿ ਰੂਪ ਨੂੰ ਕੋਈ ਮਾਰਨ ਨੂੰ ਫਿਰਦਾ ਹੈ ਭਲਾ ਇਨੇ ਸੋਹਣੇ ਗੱਭਰੂ ਨੂੰ ਕੋਈ ਮਾਰ ਵੀ ਸਕਦਾ ਹੈ ਅਜਈਆਂ ਰੂਹਾਂ ਨਿਤ ਜੰਮਦੀਆਂ ਨੇ ਇਹ ਨਹੀਂ ਹੋ ਸਕਦਾ ਕਿ ਕੋਈ ਉਸਦਾ ਦੁਸ਼ਮਣ ਹੋਵੇ ਉਹ ਸੋਚਦੀ ਰਹੀ ਤੇ ਨਾਲੋ ਨਾਲ ਰੋਂਦੀ ਰਹੀ ਅਤੇ ਹੰਝੂ ਪੂੰਝ-ਪੂੰਝ ਚੁੰਨੀ ਦਾ ਇੱਕ ਲੜ ਯੂੰ ਭਿਉਂ ਦਿੱਤਾ ਸੀ ਪੀਂਗ ਦੀ ਲਾਮ ਜਿੰਨਾ ਉਹਨੇ ਖਿੱਚਵਾ ਹੋਕਾ ਲਿਆ ਜਿਵੇਂ ਉਸਮਾਨ ਤੋਂ ਧਰਤੀ ਤੇ ਚਫਾਲ ਡਹਿ ਪਈ ਸੀ ਮੁਰੋਦੀ ਜ਼ਿੰਦਗੀ ਦੇ ਦੂਜੇ ਪਾਸੇ ਨੂੰ ਵਿਚਾਰਨਾ ਸ਼ੁਰੂ ਕਰ ਦਿੱਤਾ ਕਿ ਸੋਹਣੇ ਤੇ ਖਿੜੇ ਫੁੱਲਾਂ ਨੂੰ ਲੋਕੀ ਝੱਟ ਤੋੜਨ ਨੂੰ ਤਿਆਰ ਹੋ ਜਾਂਦੇ ਨੇ ਜਿਹੜੇ ਆਪ ਨਹੀਂ ਤੁਰ ਸਕਦੇ ਰਾਈਆਂ ਦੇ ਰਾਹ 'ਚ ਰੋੜੇ ਅਟਕਾਉਂਦੇ ਨੇ ਖਾਈਆਂ ਪੁੱਟਦੇ ਤੇ ਕੰਡੇ ਵਛਾਉਂਦੇ ਨੇ ਆਖਰ ਕਿਉਂ ਮਨੁੱਖ ਸਾੜਾ ਕਰਦਾ ਹੈ ਜ਼ਿੰਦਗੀ ਦੇ ਤਲਕ ਤਜਰਬਿਆਂ ਤੋਂ ਕੱਚੀ ਤੇ ਅਣਜਾਣ ਕੁੜੀ ਨਹੀਂ ਸੀ ਜਾਣ ਸਕਦੀ ਕਿ ਜ਼ਿੰਦਗੀ ਦਾ ਸੰਗਰਾਮ ਹਾਰੇ ਹੋਏ ਅਵਿੱਦਤ ਲੋਕ ਕਈ ਤਰ੍ਹਾਂ ਮਾਨਸਿਕ ਬਿਮਾਰੀਆਂ ਸਾੜਾ ਤੇ ਅਣਖ ਸੁਭਾਅ ਵਿਰਸੇ ਚ ਲੈੰਦੇ ਹਨ ਉਹਨਾਂ ਨੂੰ ਸੋਹਜ ਸੁਆਦ ਤੇ ਏਰਮਾਨ ਕਲ ਵਾਲਾ ਭਾਗ ਸੁੱਕ ਸੜ ਚੁੱਕਾ ਹੁੰਦਾ ਹੈ ਕਿਸੇ ਵੀ ਚੰਨ ਰੂਪ ਦਾ ਪੁਰਨਮਾਸ਼ੀ ਵਾਲ ਵਧਨਾ ਉਹਨਾਂ ਲਈ ਅਹਿਮੀਅਤ ਨਹੀਂ ਰੱਖਦਾ ਚੰਨੋ ਦੇ ਹੰਝੂ ਰੁਕ ਗਏ ਪਰ ਸੋਚਾਂ ਚ ਅੱਗੇ ਨਾਲੋਂ ਵਧੇਰਾ ਡੁੱਬ ਗਈ ਅੱਜ ਮੈਂ ਕਿੰਨਾ ਕੁਝ ਕਹਿਤਾ ਜਿਹੜਾ ਮੈਨੂੰ ਨਹੀਂ ਸੀ ਕਹਿਣਾ ਚਾਹੀਦਾ ਪਰ ਮੈਨੂੰ ਕੋਈ ਐਬ ਨਹੀਂ ਜਿਹੜੀ ਗੱਲ ਸੀ ਸਾਫ਼-ਸਾਫ਼ ਆਖੀ ਹੈ ਲਾਸਤਵ ਵਿੱਚ ਚੰਨੋ ਦਾ ਹਿਰਦਾ ਦੁੱਧ ਸੀ ਕੱਚਾ ਦੁੱਧ ਜਿਸ ਵਿੱਚ ਖੋਟ ਦਾ ਅੰਝ ਤੱਕ ਨਹੀਂ ਸੀ ਜਿਹੜੇ ਸੱਚੇ ਅਤੇ ਸੁੱਚੇ ਹਿਰਦੇ ਨਿੱਡਰਤਾ ਅਤੇ ਦਲੇਰੀ ਕੁਦਰਤੀ ਆ ਜਾਂਦੀ ਹੈ ਕਰਦੇ ਕੰਮ ਵਿੱਚ ਵੀ ਆਪਣੀ ਨਿੱਜਕ ਰਾਏ ਦੇ ਦਿਆ ਕਰਦੀ ਸੀ ਤੇ ਦੂਜੇ ਉਹ ਅਜਿਹੇ ਭਰਾ ਦੀ ਭੈਣ ਸੀ ਜਿਹੜਾ ਨਰਮ ਨਾਲੋਂ ਕਰੜਾ ਤੇ ਬੋਤੀਵਰ ਗਲਤ ਹੁੰਦਿਆਂ ਹੋਇਆਂ ਵੀ ਆਪਣੀ ਜ਼ਿੱਦ ਤੋਂ ਨਹੀਂ ਸਿਪਾਉਂਦਾ ਚੰਨੋ ਦਾ ਸੁਭਾਅ ਵਣਨ ਚ ਫਿਤਰਤ ਨਾਲ ਉਸਦੇ ਮਾਹੌਲ ਦਾ ਕਾਫੀ ਅਸਰ ਸੀ ਜਿਉਣੇ ਦੇ ਨਾਲ ਕਰਤਾਰਾ ਵੀ ਤੁਰ ਪਿਆ ਔਰੂਪ ਦਾ ਥਾਣਿਓ ਪਤਾ ਲੈਣਾ ਚਾਹੁੰਦਾ ਸੀ ਦੋਹਾਂ ਦਾ ਇੱਕੋ ਰਾਸ ਸੀ ਤੇ ਕੋਬਰ ਜਾ ਕੇ ਨਿਖੜ ਜਾਂਦੇ ਸਨ ਜਿਉਣੇ ਨੇ ਰੂਪ ਦੀ ਰੱਜ ਕੇ ਬਦਖੋਈ ਕੀਤੀ ਜਿਸ ਨੂੰ ਉਹ ਮਨ ਮਾਰ ਕੇ ਔਖਾ ਸੁਖਾਲਾ ਸੁਣਦਾ ਰਿਹਾ ਪਰ ਉਹਨੇ ਜਿਉਣੇ ਦਾ ਕੋਈ ਅਸਰ ਨਹੀਂ ਸੀ ਕਬੂਲਿਆ ਇਸ ਗੱਲ ਨੂੰ ਜਿਉਣੇ ਨੇ ਕਰਤਾਰੇ ਦੀ ਹੂੰ ਹਾਂ ਤੋਂ ਅਨੁਮਾਨ ਲਗਾ ਲਿਆ ਸੀ ਉਸ ਰਾਹੋਂ ਵਕ ਹੁੰਦਿਆਂ ਕਰਤਾਰੇ ਨੂੰ ਆਖਰੀ ਕਾਨੀ ਮਾਰੀ ਜਿਹੜੀ ਉਹਦੇ ਦਿਲ ਦੀ ਪੱਟੀ 'ਚ ਕਾਫੀ ਚਿਰ ਤੋਂ ਲਾਲ ਸੋਹੀ ਕਰ ਚੁੱਕਿਆ ਸੀ ਇੱਕ ਗੱਲ ਕਰ ਤਿਆਰ ਸਿਆਮ ਆਉਣਾ ਕਿ ਰੂਪ ਚਾਲ ਚੱਲਣ ਦਾ ਪੁੱਜ ਕੇ ਮੜਾ ਉਸ ਨੂੰ ਆਪਣੇ ਪਿੰਡ ਨਾਨ ਦਿਆ ਕਰੋ ਉਹ ਇੱਥੇ ਕਰਤਾਰੇ ਨੂੰ ਜਿਉਣਾ ਹੱਦੋਂ ਵੱਧ ਭੈੜਾ ਲੱਗਾ ਕੋਈ ਚੁਗਲਖੋਰ ਚੰਗਾ ਹੋ ਹੀ ਨਹੀਂ ਸਕਦਾ ਤੇ ਨਾ ਹੀ ਆਪਣੇ ਚੰਗੇ ਹੋਣ ਦਾ ਕਿਸੇ ਤਰ੍ਹਾਂ ਪ੍ਰਭਾਵ ਪਾ ਸਕਦਾ ਉਹਦੀ ਗੱਲ ਨੂੰ ਜ਼ਹਿਰ ਦੀ ਘੁੱਟ ਸਮਝ ਕੇ ਪੀ ਲਿਆ ਪਰ ਉਸ ਨੂੰ ਕੁਝ ਨਾ ਆਖਿਆ ਉਹ ਦੋਵੇਂ ਫਤਿਹ ਬੁਲਾ ਕੇ ਵੱਖ-ਵੱਖ ਰਾਹਾਂ ਤੇ ਪੈ ਗਏ ਜਿਉਣੇ ਦੀ ਆਖੀ ਉਸ ਦੀ ਯਾਰੀ ਪਰੇ ਦਿਲ ਵਿੱਚ ਸ਼ੱਕ ਦੀਆਂ ਤਰੇੜਾਂ ਲੱਭਣ ਲੱਗੀ ਕਿ ਵੱਡੀ ਗੱਲ ਐ ਗੱਭਰੂ ਸੁਨੱਖਾ ਇਹੋ ਜਿਹਾ ਸੁਨੱਖੇ ਚੋਬਰ ਨੂੰ ਵੇਖ ਕੇ ਤਾਂ ਰੰਨਾ ਐਵੇਂ ਫੜਕ ਪੈਂਦੀਆਂ ਨੇ ਸਾਡੇ ਪਿੰਡ ਕਿਹੜੀ ਹੋਈ ਇਹੋ ਜਿਹੀ ਸ਼ਾਮੋਂ ਦੇ ਘਰੀ ਦੋ ਤਿੰਨ ਵਾਰੀ ਆਇਆ ਖਬਰੇ ਉਹੀ ਹੋਵੇ ਪਰ ਮੈਂ ਤਾਂ ਸੁਣਿਆ ਰੂਪ ਦਿਆਲੇ ਦਾ ਵੀ ਯਾਰ ਐ ਰੂਪ ਕਦੇ ਮਾਰਨੀ ਹੋ ਸਕਦਾ ਅਜਿਹਾਂ ਵਿਚਾਰਾਂ ਵਿੱਚ ਸਿਰ ਖਪਾਈ ਕਰਦਾ ਉਹ ਥਾਣੇ ਪਹੁੰਚ ਗਿਆ ਉਸ ਨੂੰ ਸਾਰਾ ਰਾਤ ਚੰਨੋ ਬਾਰੇ ਸ਼ੱਕ ਦਾ ਖਿਆਲ ਤੱਕ ਨਹੀਂ ਆਇਆ ਆਪਣੇ ਟੱਬਰ ਦੇ ਐ ਬੋਦੋਂ ਦਿਸਦੇ ਆ ਜਦੋਂ ਮੂੰਹੋਂ ਬੋਲ ਪੈਣ ਉਨੇ ਧੁੱਕਦਿਆਂ ਜਿਉਣੇ ਦੀਆਂ ਸਾਰੀਆਂ ਕੋੜੀਆਂ ਕੁਸੈੜੀਆਂ ਭਲਾਉਣ ਦਾ ਯਤਨ ਕੀਤਾ ਤੇ ਥਾਣੇ ਦੇ ਬਾਹਰ ਅੱਗੇ ਪਹਿਰਾ ਦੇ ਰਹੇ ਸਿਪਾਹੀ ਤੋਂ ਪੁੱਛਿਆ ਭਲਾ ਹੌਲਦਾਰਾ ਜਿਹੜੇ ਮੁੰਡੇ ਕੱਲ ਤਖਣਵਤੋਂ ਫੜਕੇ ਲਿਆਉਂਦੇ ਐ ਉਹ ਇੱਥੇ ਹੀ ਐ ਕਿ ਉਹਨਾਂ ਨੂੰ ਮੋਗੇ ਲੈ ਗਏ ਇੱਥੇ ਹੀ ਐ ਐਤਵਾਰ ਕਰਕੇ ਨਹੀਂ ਲੈ ਕੇ ਗਏ ਸਿਪਾਹੀ ਨੇ ਕਰਤਾਰੇ ਨੂੰ ਦੋਸ਼ੀਆਂ ਦਾ ਮਿੱਤਰ ਤੇ ਰਿਸ਼ਤੇਦਾਰ ਸਮਝਿਆ ਕਿਸ਼ਨ ਸਿੰਘ ਸਿਪਾਹੀ ਇੱਥੇ ਹੀ ਐ ਹਾਂ ਮੇਰੇ ਪਿੱਛੇ ਆਉਦੇ ਡਿਊਟੀ ਤੇ ਆਉਣਾ ਕਰਤਾਰਾ ਪਰੇ ਹੋ ਕੇ ਟਾਲੀ ਦੀ ਛਾਵੇਂ ਬਹਿ ਗਿਆ ਤੇ ਕਿਸ਼ਨ ਸਿੰਘ ਸਪਾਹੀ ਨੂੰ ਉਹਨੇ ਪਿਛਲੇ ਕੁਝ ਮਹੀਨਿਆਂ ਤੋਂ ਜਾਣਨਾ ਸ਼ੁਰੂ ਕੀਤਾ ਸੀ। ਕਪੂਰੀ ਇੱਕ ਕਤਲ ਹੋ ਗਿਆ ਸੀ ਤੇ ਤਫਰੀਸ਼ ਤੇ ਗਏ ਥਾਣੇਦਾਰ ਨਾਲ ਕਿਸ਼ਨ ਸਿੰਘ ਵੀ ਸੀ। ਉਹ ਕਰਤਾਰੇ ਕੋਲ 2-3 ਦਿਨ ਰੋਟੀ ਵੀ ਖਾਂਦਾ ਰਿਹਾ ਸੀ। ਇਸ ਤਰ੍ਹਾਂ ਮੂੰਹ ਮਲਾਜਾ ਪੈ ਗਿਆ। ਥੋੜੇ ਚਿਰ ਪਿਛੋਂ ਕਿਸ਼ਨਾ ਵੀ ਪੇਟੀ ਕੱਸਦਾ ਬਾਹਰ ਆਇਆ। ਉਹਨੇ ਕਰਤਾਰੇ ਨੂੰ ਫਤਿਹ ਬੁਲਾ ਕੇ ਹੱਥ ਮਲਾਇਆ। ਹਾਲ ਤਾਂ ਚੰਗਾ ਕਰਤਾਰ ਸਿਆ। ਹਾਲ ਤਾਂ ਠੀਕ ਹੈ ਪਰ ਕੰਮ ਕਰਨਾ ਇੱਕ। ਕੀ ਗੱਲ ਹੈ ਦੱਸ। ਕੱਲ ਜਿਹੜੇ ਤਖਾਣ ਵੱਧੋਂ ਮੁੰਡੇ ਫੜ ਕੇ ਲਿਆਂਦੇ ਆ ਉਹਨਾਂ 'ਚ ਰੂਪ ਨੂੰ ਮਿਲ ਸਕਦਾ ਉਹ ਆਪਣਾ ਰਿਸ਼ਤੇਦਾਰ ਹੈ ਹਾਂ ਮਿੱਤਰ ਪਿਆਰਾ ਵੀ ਅੱਛਾ ਕੋਈ ਵਿਆਹਤ ਬਣਾਉਨੇ ਆ ਤੂੰ ਇੱਥੇ ਹੀ اٹਕ ਕਿਸ਼ਨ ਨੇ ਸੰਤਰੀ ਤੋਂ ਪਹਿਰਾ ਲੈ ਲਿਆ ਤੇ ਰਾਈਫਲ ਕਾਰਤੂਸ ਗਿਣ ਕੇ ਸਾੰਬੇ ਹਵਾਲਾਤ ਵਿੱਚ ਮulzma ਮulzma ਦੀ ਗਿਣਤੀ ਕੀਤੀ ਤੇ ਬਾਹਰ ਬੈਠੇ ਮੁਸ਼ਤਬਾਂ ਤੇ ਵੀ ਸਰਸਰੀ ਜਹੀ ਨਜ਼ਰ ਮਾਰੀ ਸਟੋਰ ਤੇ ਹਵਾਲਾਤ ਤੇ ਤਸੱਲੀ ਲਈ ਜਿੰਦਰੇ ਖਿੱਚ ਕੇ ਵੇਖੇ ਮੁੜ ਹਵਾਲਾਤ ਅੱਗੇ ਆ ਕੇ ਰੂਪ ਨੂੰ ਆਖਿਆ ਰੂਪ ਤੈਨੂੰ ਕਪੂਰੀਆਂ ਵਾਲਾ ਕਰਤਾਰ ਮਿਲਣ ਆਇਆ ਉਹਨੇ ਕਾਹਨੂੰ ਆਉਣਾ ਸੀ ਰੂਪ ਦੇ ਚਿਹਰੇ ਤੇ ਚਿੰਤਾ ਤੇ ਸ਼ਰਮ ਦੇ ਭਾਵ ਉਤਾਰ ਚੜਾ ਲੈ ਰਹੇ ਸਨ ਜ਼ਗੀਰ ਨੇ ਉਸ ਦੀ ਵੱਖੀ ਚਕੂਣੀ ਮਾਰੀ ਉਸ ਦੀ ਮੁਸਕੰਨ ਦੀ ਅੱਖ ਦਾ ਨਸ਼ਾ ਕਰ ਰਿਹਾ ਸੀ ਸੱਜਣਾ ਤੇਰੀ ਕੈਦ ਦਾ ਢੋਲ ਵੱਜਿਆ ਪਿਆ ਸ਼ਹਿਰ ਗਰਾਂ ਸੰਤਰੀ ਨੇ ਠਾਣੇ ਦੇ ਵੱਡੇ ਮੁੰਸ਼ੀ ਤੋਂ ਜਾ ਕੇ ਪੁੱਛਿਆ ਮੁਲਜ਼ਮ ਦਾ ਰਿਸ਼ਤੇਦਾਰ ਆਇਆ ਏ ਤੇ ਉਸ ਨੂੰ ਮਿਲਣਾ ਚਾਹੁੰਦਾ ਕੋਈ ਚੀਜ਼ ਦਿੰਦਾ ਹੈ ਤਾਂ ਫੜ ਕੇ ਮੁਲਾਜ਼ਮਾ ਨੂੰ ਆਪ ਦੇ ਦੇ ਜੇ ਮਿਲਣਾ ਹੈ ਤਾਂ ਪੂਰੇ ਪੰਜ ਉਹ ਤਾਂ ਮੇਰਾ ਹੀ ਆਦਮੀ ਹੈ ਫੇਰ ਤੂੰ ਪੰਜਾਂ 'ਚੋਂ ਆਪਣਾ ਹਿੱਸਾ ਨਾ ਲਈਂ ਮੁੱਲੋਂ ਨਕਾਰੀਆਂ ਗੱਲਾਂ ਨਾ ਕਰ ਕਿਸੇ ਹੋਰ ਥਾਂ ਖੱਬਾ ਸੱਜਾ ਮਾਰ ਲਈ ਕਿਸ਼ਨੇ ਨੇ ਦਫ਼ਤਰੋਂ ਬਾਹਰ ਨਿਕਲਦਿਆਂ ਕਿਹਾ ਤੇ ਟਾਲੀ ਹੇਠ ਬੈਠੇ ਕਰਤਾਰੇ ਨੂੰ ਹੱਥ ਦੇ ਇਸ਼ਾਰੇ ਨਾਲ ਸੱਦ ਲਿਆ ਮੁੰਸ਼ੀ ਸਾळा ਛੋਟੇ ਮੰਨੇ ਨਾ ਆਖੇ ਮੈਂ ਤਾਂ ਹੱਡ ਖਾਣਾ ਐ ਐਵੇਂ ਦੋ ਕੁ ਮਿੰਟਾਂ 'ਚ ਗੱਲਾਂ ਕਰ ਆ ਜਾਵੀਂ ਬਾਬਾ ਖਾਨ ਸਾਹਿਬ ਵੱਡੇ ਥਾਣੇਦਾਰ ਈ ਨਾ ਘਰੋਂ ਆਉਣ ਜਣ ਸੋਹਰਾ ਕਿਸੇ ਦੀ ਇੱਜ਼ਤ ਲਾਉਂਦਾ ਢਿਲ ਨਹੀਂ ਕਰਦਾ ਉਹ ਸਾਹਮਣੀ ਕੋਠੜੀ ਜੀ ਆ ਉਹ ਸਾਰੇ ਕਰਤਾਰੇ ਨੇ ਦੁਪੱਟਾ ਛਾੜ ਕੇ ਮੋਢੇ ਤੇ ਸੁੱਟਿਆ ਤੇ ਮੋਢੇ ਡਿੱਡੀ ਪੱਗ ਨੂੰ ਦੋਹੇ ਹੱਥਾਂ ਨਾਲ ਦਬਾ ਕੇ ਠੀਕ ਕੀਤਾ ਤੇ ਲੰਮੀਆਂ ਲੰਮੀਆਂ ਉਲਾਂਘਾਂ ਪਰ ਕੇ ਲੋਹੇ ਦੀਆਂ ਸਿੱਖਾਂ ਤੇ ਬੂਹੇ ਅੱਗੇ ਆ ਗਿਆ ਸਾਰਿਆਂ ਨੇ ਹੱਸਦਿਆਂ ਉਸ ਨੂੰ ਸੱਸੀਕਲ ਬੁਲਾਈ ਕਿ ਪੰਗਾ ਲੈ ਲਿਆ ਕਰਤਾਰੇ ਨੇ ਰੂਪ ਤੋਂ ਹਾਲਚਲ ਪੁੱਛਿਆ ਜਿਹੜੀ ਬਦਨਾਮੀ ਮਿਲਨੀ ਹੋਵੇ ਹੁਣ ਉਧਰਿਆਂ ਕੀ ਹੋਜੂ ਉਧਰ ਨਾ ਕਾਦੇ ਪਿੱਛੇ ਐ ਸਵੇਰੇ ਕੱਚੀ ਜ਼ਮਾਨ ਤਾਂ ਹੋ ਜਾਣਗੀਆਂ ਇੱਕ ਰਾਤ ਨਾਲ ਲਹੂ ਤਾਂ ਨਹੀਂ ਸੁੱਕਦਾ ਸ਼ਰਮ ਲੋੜੇ ਦੀ ਆਉਂਦੀ ਹੈ ਨਾ ਕੋਈ ਗੱਲ ਨਾ ਬਾਤ ਰੂਪਨੇ ਕਰਤਾਰੇ ਦੀ ਤਸੱਲੀ ਲਈ ਕਿਹਾ ਐਦੀ ਯਾਰੀ ਬਥੇਰੇ ਪਿੱਟਣੇ ਕਰਾਉਗੀ ਐਦੇ ਮੂੰਹ ਨੂੰ ਤਖਾਣ ਵੱਧ ਚਲੇ ਗਏ ਜ਼ਗੀਰ ਨੇ ਇੱਕ ਅਰਜਨ ਨਾਂ ਦੇ ਗੱਭਰੂ ਵੱਲ ਇਸ਼ਾਰਾ ਕਰਕੇ ਆਖਿਆ ਕੀ ਗੱਲ ਹੋਈ ਕਰਤਾਰੇ ਨੇ ਸਾਰੀ ਘਟਨਾ ਸਮਝਣ ਲਈ ਪੁੱਛਿਆ ਆ ਵੇਖ ਬੈਠਾ ਮੁੱਚਰੂ ਜਿਹਾ ਅਰਜਨ ਸ਼ਰਾਬੀ ਹੋਇਆ ਹਰੇਕ ਨੂੰ ਗਾਲ ਕੱਢੇ ਬਿਨਾਂ ਨਹੀਂ ਰਹਿ ਸਕਦਾ ਇੱਕ ਬਾਈ ਬਾਈ ਕਰਦੇ ਨੇ ਚੋਬਰ ਲਫੇੜਾ ਮਾਰਤਾ ਉਹ ਵੀ ਤਪ ਗਿਆ ਗੋ ਅੱਗ ਨਾਲ ਦੀ ਸਮਝ ਆ ਹੀ ਨਾ ਆਵੇ ਕਿ ਸਮਝ ਕੀ ਰਹੇ ਫੜਿਆ ਰਹੇ ਨਾ ਅਜੇ ਚੰਗਾ ਹੋ ਗਿਆ ਜਿਵੇਂ ਕਿਸੇ ਦੇ ਘਰ ਡੱਕੇ ਗਏ ਸਾਂ ਭਾਵੇਂ ਡਾਕੇ ਦਾ ਕੇਸ ਬਣਾ ਲੈਂਦੇ 107 ਦੀਆਂ ਜ਼ਮਾਨਤਾਂ ਤੇ ਖੜਾ ਛੁੱਟ ਗਿਆ ਇਹੋ ਜਿਹੀ ਤਾਂ ਅਰਜਨ ਨੇ ਕਰਵਾਈ ਸਾਡੇ ਨਾਲ ਰੂਪ ਨੇ ਸਾਰੀ ਵਿਥਿਆ ਕਹਾਣੀ ਸੁਣਾ ਦਿੱਤੀ ਤੇਰਾ ਕੀ ਹਾਲ ਐ ਅਰਜੁਨਾ ਬਾਈ ਨੀਵੀ ਬਾਈ ਐ ਹਾਲ ਬਾਈ ਬਾਹਰ ਆ ਕੇ ਦੱਸਾਂਗੇ ਦੀਂਦਾ ਅਜੇ ਫਾਰਸੀਆ ਮਾਰਨੋਂ ਨਹੀਂ ਡਲਦਾ ਜਗੀਰ ਨੇ ਨੱਕ ਦਾ ਸੁੜਾਕਾ ਮਾਰਦਿਆਂ ਕਿਹਾ ਕਰਤਾਰੇ ਦੇ ਅੰਦਰੋਂ ਜਿਉਣੇ ਦੀ ਵਿਉਹਜਾਗ ਪਈ ਤੇ ਉਸਨੇ ਰੂਪ ਤੋਂ ਪੁੱਛਿਆ ਰੂਪ ਤੁਹਾਡੇ ਜਿਉਣਾ ਕੋਣਾ ਹੈ ਉਹ ਆਪਣੀ ਖੜਕ ਦੀ ਆ ਉਹਦੇ ਨਾਲ ਜਗੀਰ ਨੇ ਸੁਣਦਿਆਂ ਸਾਰ ਕਹਿਤਾ ਤਾਂ ਹੀ ਇਹ ਕਿਉਂ ਕਿਤੇ ਮਿਲਿਆ ਸੀ ਰੂਪ ਨੇ ਅੰਤਰੀਂ ਫਿਕਰ ਦਾ ਅਨੁਭਵ ਕੀਤਾ ਕਪੂਰੀ ਆਇਆ ਸੀ ਕੁਝ ਵਦਮੀਆਂ ਘਟਮੀਆਂ ਕਰਦਾ ਸੀ ਕੋਈ ਨਹੀਂ ਕਰ ਲੈਣ ਦੇ ਪਿੰਡ ਆ ਕੇ 21 ਦੀ 31 ਪਾ ਦੇਾਂਗੇ ਜਗੀਰ ਨੇ ਤਲਖ ਹੁੰਦਿਆਂ ਆਖਿਆ ਸ਼ਰੀਕੇ ਵਾਲਾ ਠੂਸ ਮਾਰਦਾ ਹੀ ਹੁੰਦਾ ਹੈ ਰੂਪ ਨੇ ਦੁੱਖ ਨੂੰ ਅੰਦਰ ਪੀ ਲਿਆ ਕਿਸੇ ਚੀਜ਼ ਦੀ ਲੋੜ ਹੈ ਤਾਂ ਦੱਸੋ ਕਰਤਾਰੇ ਨੇ ਯਾਰਾਂ ਵਾਲੀ ਹਮਦਰਦੀ ਤੇ ਵਫਾ ਨੂੰ ਪ੍ਰਗਟ ਕਰਦੇ ਆ ਪੁੱਛਿਆ ਬਸ ਕੁਛ ਨਹੀਂ ਚਾਹੀਦਾ ਚੰਗਾ ਸਵੇਰੇ ਮੈਂ ਮੋਗੇ ਆਵਾਂਗਾ ਕੀ ਲੋੜ ਹੈ ਤੂੰ ਘਰ ਰਹੀਂ ਸਾਡੇ ਜ਼ਮਾਨ ਤੇ ਬਥੇਰੇ ਆ ਜਾਣਗੇ ਨਹੀਂ ਮੈਂ ਆਉਂਗਾ ਸਹੀ ਅੱਛਾ ਸასი ਕਾਲ ਸਤਿ ਸ਼੍ਰੀ ਅਕਾਲ ਉਹਨਾਂ ਸਾਰਿਆਂ ਨੇ ਹੱਥ ਜੋੜ ਕੇ ਪੁਕਾਰਿਆ ਕਰਤਾਰੇ ਨੇ ਬਾਹਰ ਆ ਕੇ ਕਿਸ਼ਨੇ ਦਾ ਧੰਨਵਾਦ ਕੀਤਾ ਤੇ ਜਦੋਂ ਠਾਣੇੋਂ ਪਿੰਡ ਨੂੰ ਤੁਰਿਆ ਤਾਂ ਸੂਰਜ ਕਾਨਿਆਂ ਤੇ ਮੱਲਿਆਂ ਦੀ ਓਟ 'ਚ ਛਿਪ ਰਿਹਾ ਸੀ ਪੰਛੀ ਬਿਰਛਾ ਉੱਤੇ ਆਪਣੇ ਟਿਕਾਣੇ ਪਾਲ ਰਹੇ ਸਨ ਕੰਡਿਆਲੀ ਪਰੇ ਖੇਤਾਂ 'ਚ ਬਿੰਡੇ ਬੋਲ ਰਹੇ ਸਨ ਉਹਨੇ ਮਨ ਹੀ ਮਨ 'ਚ ਜਿਉਉਣੇ ਨੂੰ ਹਜ਼ਾਰਾਂ ਗਾਲਾਂ ਕੱਢੀਆਂ ਤੇ ਉਸਦੇ ਘਰ ਪਹੁੰਚਣ ਤੱਕ ਕਾਫੀ ਹਨੇਰਾ ਹੋ ਗਿਆ ਥੋੜਾ ਦਮ ਲੈ ਕੇ ਦੁੱਧ ਦੀ ਲੂਣ ਵਾਲੀ ਲੱਸੀ ਪੀਤੀ ਇਸ਼ਨਾਨ ਕਰਕੇ ਤਪੇ ਹੋਏ ਪਿੰਡੇ ਨੂੰ ਠਾਰਿਆ ਮੁੜ ਰੋਟੀ ਖਾ ਕੇ ਦਲਾਨ ਦੀ ਛੱਤ ਤੇ ਪੈ ਗਿਆ ਉਹਨੇ ਘਰ ਨਹੀਂ ਸੀ ਦੱਸਿਆ ਕਿ ਰੂਪਕਲ ਦਾ ਹਵਾਲਾ ਚ ਬੰਦ ਹੈ ਤੇ ਹੁਣ ਮੈਂ ਉਸ ਨੂੰ ਮਿਲ ਕੇ ਆ ਰਿਹਾ ਹਾਂ ਭਜਨੋ ਤੇ ਚੰਨੋ ਨੇ ਅਨੁਮਾਨ ਲਗਾ ਲਿਆ ਸੀ ਕਿ ਉਹ ਜ਼ਰੂਰ ਥਾੜੇ ਉਹੀ ਆਇਆ ਹੈ ਹਨੇਰੇ ਵਿੱਚ ਉਸ ਦੀ ਚੁੱਪ ਭਜਨੋ ਤੇ ਚੰਨੋ ਨੂੰ ਸੇਲੇ ਦੀ ਨੋਕ ਵਾਂਗ ਚੁਭ ਰਹੀ ਸੀ ਭਜਨੋ ਨੇ ਭਾਂਡੇ ਮਾਂਜ ਕੇ ਚਲਿਆਣੀ 'ਚ ਟਿਕਾ ਦਿੱਤੇ ਤੇ ਬਚੀਆਂ ਹੋਈਆਂ ਰੋਟੀਆਂ ਦਾ ਛੱਬਾ ਘਿਓ ਵਾਲੀ ਕੂਜੀ ਆਲੇ 'ਚ ਰੱਖ ਦਿੱਤੀਆਂ ਚੰਨੋਂ ਦੇ ਫਿਕਰ ਨੂੰ ਨੇ ਤਿੱਖੀਆਂ ਨਜ਼ਰਾਂ ਨਾਲ ਤਾੜ ਲਿਆ ਸੀ ਉਹ ਆਪ ਵੀ ਗਲ ਦੀ ਤਹਿ ਤੱਕ ਪਹੁੰਚਣ ਲਈ ਕਾਹਲੀ ਸੀ ਕੰਮਕਾਰ ਵੱਲੋਂ ਵੇਲੀ ਹੋ ਕੇ ਉਹਨੇ ਦਹਲਾਨ ਦੀ ਪੌੜੀ ਚੜਨ ਲੱਗੀ ਅਜੇ ਪਹਿਲੇ ਹੀ ਡੰਡੇ ਤੇ ਪੈਰ ਰੱਖਿਆ ਕਿ ਉਹ ਇੱਕ ਪਾਸੇੋਂ ਟੁੱਟ ਗਿਆ ਤੇ ਭਜਨੋਂ ਦਾ ਮੁੜ ਕੇ ਪੈਰ ਧਰਤੀ ਤੇ ਆ ਪਿਆ ਜੰਗ ਲੱਗ ਜਾਣ ਕਰਕੇ ਸੋਹੇ ਦੀ ਲੋਹੇ ਦੀ ਮੇਕ ਬੋਦੀ ਹੋ ਗਈ ਸੀ ਉਹਵੇਂ ਉਂਤਰੀਆ ਉਹਨੇ ਮਾੜਾ ਸ਼ਗਨ ਮੰਨ ਕੇ ਮਨ ਵਿੱਚ ਗਾਲ ਕੱਢੀ ਤੇ ਉਹ ਦੂਜੇ ਡੰਡੇ ਦੇ ਦੂਜੇ ਪਾਸੇ ਸਹਾਰਵਾ ਪੈਰ ਰੱਖ ਕੇ ਪੌੜੀ ਚੜ ਗਈ ਤੇ ਸਹਜ ਨਾਲ ਕਰਤਾਰੇ ਦੀ ਭੁਵੰਦ ਜਾ ਬੈਠੀ ਲਿਆ ਤੇਰੀਆਂ ਲੱਤਾਂ ਨੱਪਦਿਆਂ ਭਾ ਜਿਨ੍ਹਾਂ ਨੇ ਬੁਲਾਉਣ ਦੇ ਬਹਾਨੇ ਨਾਲ ਕਿਹਾ ਨਹੀਂ ਮੈਂ ਲੱਤਾਂ ਨਹੀਂ ਨਪਾਉਣੀਆ ਤੂੰ ਮਤਲਬ ਦੀ ਗੱਲ ਕਰ ਅਜਿਹੇ ਮੌਕੇ ਤੇ ਹਰ ਏਕ ਔਰਤ ਚਾਹੁੰਦੀ ਹੈ ਕਿ ਉਸ ਦਾ ਮਾਲਕ ਦਿਲ ਤੋੜਵੇ ਜਵਾਬ ਨਾਲ ਉਹਦੀ ਹਿੱਕ 'ਚ ਮੁੱਕੀ ਮਾਰ ਦੇਵੇ ਉਹ ਸਮਝਦੀ ਹੈ ਕਿ ਮਰਦ ਜ਼ਿੰਦਗੀ ਤੇ ਉਸਦੇ ਪਿਆਰ ਬਾਰੇ ਨੀਰਾ ਪੱਥਰ ਹੈ ਜਿਸ ਵਿੱਚ ਹਰਕਤ ਤੇ ਅਹਿਸਾਸ ਕੋਈ ਨਹੀਂ ਜਾਂ ਫਿਰ ਸੜਦਾ ਹੋਇਆ ਅੰਗਾਰ ਜਿਹੜਾ ਕੋਮਲਤਾ ਨੂੰ ਸਾੜ ਸੁੱਟਦਾ ਹੈ ਵਾਸਤਵ ਵਿੱਚ ਔਰਤ ਮਰਦ ਨਾਲੋਂ ਹਰ ਸਮੇਂ ਬਹੁਤ ਮਹਿਸੂਸ ਕਰਦੀ ਹੈ ਉਹ ਇੱਕ ਸਦਾ ਖਿੜਿਆ ਫੁੱਲ ਹੈ ਜਿਹੜਾ ਜ਼ਿੰਦਗੀ ਨੂੰ ਕਦੇ ਨਫ਼ਰਤ ਨਹੀਂ ਕਰ ਸਕਦਾ ਭਜਨੋ ਥੋੜੀ ਚੁੱਪ ਰਹਿ ਕੇ ਫਿਰ ਬੋਲੀ ਜਿਵੇਂ ਔਰਤ ਸੋ ਵਾਰ ਦਲ ਟੁੱਟ ਜਾਣ ਤੇ ਵੀ ਮਰਦ ਨੂੰ ਬੁਲਾਉਣ ਲਈ ਮਜਬੂਰ ਹੁੰਦੀ ਹੈ ਰੂਪ ਹੋਰੀ ਛੱਡ ਦਿੱਤੇ ਤੈਨੂੰ ਕਿਹਨੇ ਦੱਸਿਆ ਕਰਤਾਰੇ ਨੇ ਹੈਰਾਨ ਹੁੰਦਿਆਂ ਪੁੱਛਿਆ ਉਹ ਆਦਮੀ ਵੇਖ ਤਾਂ ਸਹੀ ਤੈਨੂੰ ਦੱਸਦਾ ਨਹੀਂ ਸੀ ਕਰਤਾਰੇ ਨੇ ਉਸਦੀ ਗੱਲ ਵੱਲ ਧਿਆਨ ਦੰਦਿਆਂ ਵੀ ਉੱਤਰ ਨਾ ਦਿੱਤਾ ਤੇ ਹੀ ਸੋਚਦਾ ਰਿਹਾ ਕਿ ਇਹਨੂੰ ਕਿਵੇਂ ਪਤਾ ਲੱਗਿਆ ਉਹਦੀਆਂ ਝੂਠੀਆਂ ਸੱਚਾਂ ਗੱਲਾਂ ਦਾ ਖਿਆਲ ਨਾ ਕਰ ਲਈ ਭਜਨੋਂ ਨੇ ਅਟਕ-ਟਕ ਕੇ ਗੱਲ ਪੂਰੀ ਕੀਤੀ ਨਾਲੇ ਬੀਬੀ ਵੀ ਆਖਦੀ ਸੀ ਚੰਨੋ ਆਖਦੀ ਸੀ ਕੁਛ ਕਰਤਾਰੇ ਨੇ ਉਹਦੀ ਗੱਲ ਵੱਖ-ਵੱਖ ਪਹਿਲੂਆਂ ਤੋਂ ਧਿਆਨ ਦਿੰਦਿਆਂ ਕਿਹਾ ਭਜਨੋਂ ਚੁੱਪ ਸੀ ਉਸ ਵਿੱਚ ਡਰ ਆ ਗਿਆ ਕਿ ਜਿਹੜਾ ਔਰਤ ਦੀ ਸੱਚਾਈ ਤੇ ਮਰਦ ਦੇ ਤਲਖ ਮੁੜ ਰੋਪ ਚ ਪੈਦਾ ਹੁੰਦਾ ਹੈ ਭਜਨੋਂ ਦੀ ਚੁੱਪ ਨੇ ਕਰਤਾਰੇ ਦੇ ਦਿਲ 'ਚ ਕਈ ਮਰੀਆਂ ਸ਼ੱਕਾਂ ਨੂੰ ਜਿਉਂਦਿਆਂ ਕਰ ਦਿੱਤਾ ਕਰਤਾਰੇ ਨੇ ਸਭ ਕੁਝ ਜਾਣਨ ਲਈ ਨਰਮ ਹੁੰਦਿਆਂ ਪੁੱਛਿਆ ਚੰਨੋ ਕੀ ਆਖਦੀ ਸੀ ਉਹ ਕਹਿੰਦੀ ਸੀ ਜਿੱਥੇ ਮੇਰੇ ਸਾਖ ਦੀ ਹਾਮੀ ਭਰੀ ਐ ਉੱਥੇ ਹੀ ਕਰਿਓ ਨਹੀਂ ਮੈਂ ਭਜਨੋ ਨੇ ਝਿਜਕਦਿਆਂ ਤੇ ਡਰਦਿਆਂ ਸਭ ਕੁਝ ਕਹਿ ਵੀ ਦਿੱਤਾ ਤੇ ਬਹੁਤ ਕੁਝ ਰੋਕ ਵੀ ਲਿਆ ਉਹਨੇ ਕਰਤਾਰੇ ਦੇ ਗੁੱਸੇ ਚ ਬਦਲਦੇ ਚਿਹਰੇ ਨੂੰ ਨੇਰੇ ਕਰਕੇ ਵੇਖਿਆ ਸੀ ਸ਼ਾਇਦ ਉਸਦੇ ਬਦਲਦੇ ਭਾਵ ਤਾੜ ਕੇ ਦੜਵਟ ਜਾਂਦੀ ਸੀ ਅੰਦਰਲੇ ਸੇਕ ਨਾਲ ਕਰਤਾਰੇ ਦੀਆਂ ਅੱਖਾਂ ਉੱਬਲਣੀਆਂ ਸ਼ੁਰੂ ਹੋ ਗਈਆਂ ਉਸ ਅੰਦਰੋਂ ਇੱਕ ਵੈਲੀ ਜੱਟ ਦੀ ਅਣਖੀ ਜਹਿਨੀयत ਹੰਗਾਰਨ ਲੱਗ ਪਈ ਪਰ ਉਹ ਖਾਮੋਸ਼ ਸਭ ਕੁਝ ਝਰ ਗਿਆ ਜਿਵੇਂ ਲਾਲ ਹੋਈ ਛੁਰੀ ਜ਼ਹਿਰ ਪੀ ਜਾਂਦੀ ਹੈ ਦਿਲ ਆਪਣੇ ਵਿੱਚ ਕੋਈ ਜ਼ਹਿਰ ਜ਼ਜ਼ਬ ਕਰਕੇ ਟਿਕਾ ਕਿਵੇਂ ਫੜ ਸਕਦਾ ਹੈ ਉਸ ਅੱਗੇ ਜਿਉਣੇ ਦੇ ਕਹਿਣ ਮੁਤਾਬਕ ਰੂਪ ਦਾ ਮਾੜਾ ਚਾਲ ਚਲਣ ਨੰਗਾ ਹੋ ਗਿਆ ਜੋ ਕੁਝ ਉਸਦੇ ਅਨੁਭਵ ਚ ਨਹੀਂ ਸੀ ਆਇਆ ਉਹ ਉਸ ਨੂੰ ਅੰਦਰੋਂ ਬਾਹਰੋਂ ਜਮੂਰ ਦੀਆਂ ਦੰਦੀਆਂ ਨਾਲ ਤੋੜ ਰਿਹਾ ਸੀ ਰੂਪ ਦਾ ਰੂਪ ਉਸ ਦੇ ਸਾਹਮਣੇ ਬੱਗਾ ਪੀਲਾ ਤੇ ਕਾਲਾ ਹੁੰਦਿਆਂ ਗਿਆ ਮਨ ਦਾ ਵਿਸ਼ਵਾਸ ਅਵਿਸ਼ਵਾਸ ਦੀ ਅਵਸਥਾ ਹੈ ਕਿ ਇੱਕ ਝੂਠ ਵੀ ਇੱਕ ਹਕੀਕਤ ਬਣ ਜਾਂਦਾ ਹੈ ਮਰਦ ਕਿੰਨੀ ਹੋਛੀ ਤੇ ਕਮਜ਼ੋਰ ਦਲੇਰੀ ਦਾ ਮਾਲਕ ਹੈ ਜਿਹੜੀ ਚੀਜ਼ ਦਾ ਦਾਨ ਕਰਨ ਲਈ અપਾਰ ਖੁਸ਼ੀ ਸਮਝਦਾ ਹੈ ਉਹੀ ਚੀਜ਼ ਮੂੰਹੋਂ ਮੰਗ ਲੈਣ ਤੇ ਇਨਕਾਰ ਕਰ ਦਿੰਦਾ ਤੇ ਪਾਤਰ ਦਾ ਜਾਨੀ ਦੁਸ਼ਮਣ ਵੀ ਹੋ ਜਾਂਦਾ ਹੈ ਮੇਰੀ ਭੈਣ ਦੀ ਇੰਨੀ ਹਿੰਮਤ ਉਹਨੇ ਮਨ ਚ ਕਿਹਾ ਤੇ ਗੁਸੈਲੇ ਰੋਹ ਵਿੱਚ ਉੱਠ ਕੇ ਬੈਠ ਗਿਆ ਭਜਨੋ ਨੇ ਉਸ ਦੀ ਚੁੱਪੀ ਨੂੰ ਨੀਮ ਰਜ਼ਾਮੰਦੀ ਸਮਝਿਆ ਤੇ ਹੌਸਲਾ ਕਰਕੇ ਬੋਲੀ ਆਪਣੀ ਵੀ ਬਦਨਾਮੀ ਹੈ ਜੇ ਹੋਰ ਕਿਤੇ ਕੀਤਾ ਭਜਨੋ ਗਰੀਬ ਤੋਂ ਬਲ ਦੀ ਉੱਤੇ ਤੇਲ ਪੈ ਗਿਆ ਤੇ ਗੁੱਸੇ ਚ ਭਰਿਆ ਪੀਤਾ ਤਾਂ ਉਹ ਪਹਿਲਾਂ ਹੀ ਬੈਠਾ ਸੀ ਬਸ ਇੰਨੀ ਗੱਲ ਸੁਣਦਿਆਂ ਹੀ ਉਹਨੇ ਭਜਨੋ ਦੀ ਵੱਖੀ 'ਚ ਜ਼ੋਰ ਦੀ ਲੱਤ ਮਾਰੀ ਤੇ ਉਹ ਧਹਿ ਕੇ ਮੰਜੇ ਤੋਂ ਹੇਠਾਂ ਡਿੱਗ ਪਈ ਉਹ 2 ਮਹੀਨੇ ਤੋਂ ਵੱਧ ਵਾਰੀ 'ਚ ਸੀ ਵੱਖੀ ਦੀ ਸੱਟ ਨਾਲ ਉਸ ਤੋਂ ਅੰਦਰ ਚੀਰਵਾ ਦਰਦ ਹੋਣ ਲੱਗ ਪਿਆ ਤੇ ਕਰਤਾਰੇ ਨੇ ਉਸਨੂੰ ਪੂੰਝੇ ਕਰਾ ਰਹੀ ਨੂੰ ਵੀ ਨਾ ਉਠਾਇਆ ਉਹ ਇੱਕ ਪੱਥਰ ਸੀ ਜਿਹੜਾ ਟੁੱਟਣਾ ਤੇ ਤੋੜਨਾ ਜਾਣਦਾ ਸੀ ਪਰ ਅਹਿਸਾਸ ਹਮਦਰਦੀ 'ਚ ਪਿੰਗਲਣਾ ਨਹੀਂ ਇੱਕ ਮਲਜ਼ੂਮ ਰੂਸੀ ਜਿਹੜੀ ਪੌੜੀ ਦੇ ਟੁੱਟੇ ਹੋਏ ਡੰਡੇ ਉੱਤੇ ਪੈਰ ਧਰੀ ਆਪਣੇ ਭਵਿੱਖ ਦੇ ਧੁੰਦਲੇ ਹਨੇਰਿਆਂ 'ਚ ਬਣਦੇਆਂ ਵਿਗੜਦੇਆਂ ਦੇਖ ਰਹੀ ਸੀ ਸੁਣ ਰਹੀ ਸੀ ਭਜਨੋ ਦੇ ਪੁੰਜੇ ਡਿੱਗ ਜਾਣ ਨਾਲ ਵੀ ਦਹਲਾਨ ਦੀ ਛੱਤ ਜਰਖੀ ਤੇ ਨਾਲ ਹੀ ਚੰਨੋਂ ਦੀ ਛਾਤੀ ਉਨੇ ਚੰਗੀ ਤਰ੍ਹਾਂ ਜਾਣ ਲਿਆ ਸੀ ਕਿ ਉੱਪਰ ਕੀ ਹੋਇਆ ਉਹ ਥੱਲੇ ਖਲੋਤੀ ਟੁੱਟੀਆਂ ਫੁੱਟੀਆਂ ਗੱਲਾਂ ਸੁਣ ਰਹੀ ਸੀ ਉਹਨੂੰ یوں ਜਾਪਿਆ ਜਿਵੇਂ ਦਲਾਨ ਚ ਪੋਚਾ ਲਾ ਕੇ ਝੂਟੇ ਖਾ ਰਿਆ ਸੀ ਬਸ ਉਹਨੇ ਲੰਮਾ ਹੋਂਕਾ ਲਿਆ ਜਿਵੇਂ ਉਹਦੀ ਜ਼ਿੰਦਗੀ ਗੋਥਾ ਖਾ ਗਈ ਹੋਵੇ ਹਨੇਰਾ ਉਸਨੂੰ ਬਾਹਰੋਂ ਤੋੜ ਰਿਹਾ ਸੀ ਤੇ ਅੰਦਰੋਂ ਉਹ ਸੱਜਰੀ ਸੱਟ ਚ ਇਕੱਠੀ ਹੁੰਦੀ ਜਾ ਰਹੀ ਸੀ ਬਈ ਮਾਨ ਮੁਕਰਗੇ ਮਾਪੇ ਮੰਗਤਾ ਸੀ ਤੇਰੀ ਪੂਰਨਾ ਇਸ ਭਾਗ ਚ ਨਹੀਂ ਮਿਲਦਿਆਂ ਅਗਲੇ ਪਾਰਟ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਟਿਲ ਦੈਨ ਟੇਕ ਕੇਅਰ